ਨਯਾਬੀ ਵਿੱਚ ਕੀ ਹਾਲੇ ਸਾਰਿਆਂ ਦਾ ਠੀਕੋ ਮੈਂ ਉਹ ਦੇ ਕਸਮ ਦਾ ਦੂਜਾ ਪਾਰ ਲੈ ਕੇ ਆਇਆ ਫੈਲਾ ਤੂੰ ਸੰਪੜੀ ਜ਼ਿਆਦਾ ਸੰਦ ਨਹੀਂ ਕੀਤਾ ਪਰ ਉਹਨਾਂ ਵਾਸਤੇ ਜਿਨ੍ਹਾਂ ਵੇਖਿਆ ਪਸੰਦ ਕੀਤਾ ਵੇ ਬਾੜ ਤੇ ਚਲਾਣਾ ਹੈ ਨਾ ਮੁਕੰਮਲ ਤੇ ਕਰ ਨਹੀਂ ਹੈ ਨਾ ਚਲੋ ਫਿਰ ਸ਼ੁਰੂ ਕਰਦੇ ਹਾਂ ایਓਐਮ ਐਸਾ ਮਿੱਟੀ ਬਹਾਉਤੀ ਦਦੋਸ਼ ਮਾਰ ਦਸਦੇ ਨੇ ਦੁਨੀਆ ਵਿੱਚ ਜਿੰਨੇ ਹੰਸ ਗਾਰੇ ਹੋਏ ਚੋਇਨੇ ਇੰਨੇ ਅਜੇ ਤੱਕ ਕਿਸੇ ਸੜਕ ਤੇ ਨਹੀਂ ਹੋਏ ਉੰਜ ਵੀ ਸੜਕ ਦੇ ਆਸੇ ਵਿੱਚ ਬੰਦਾ ਬਾਲ ਬਾਲ ਬੈਠ ਸਕਦਾ ਹੈ ਪਰ ਗਾਰੇ ਦੇ ਆਸੇ ਵਿੱਚ ਬਾਲ ਨਹੀਂ ਬਚਦੇ ਬੀਵੀ ਦੇ ਆਣੇ ਤੋਂ ਬਾਅਦ ਛੋਟਾ ਜਿਹਾ ਘਰ ਵੀ ਇੰਨਾ ਵੱਡਾ ਹੋ ਜਾਂਦਾ ਕਾਹਨ ਨੂੰ ਬੁਲਾਣੇ ਵਾਸਤੇ ਬੀਵੀ ਨੇ ਇੰਜ ਪੁਕਾਰਨਾ ਪਉਂਦਾ ਹੈ ਕਿ ਉਹ ਬਾਅਦ ਚ ਸੁਣਦਾ ਮੱਲੇ ਵਾਲੇ ਪਹਿਲੇ ਸੁਣ ਲੈਂਦੇ ਨੇ ਉੰਜ ਵੀ ਘਰ ਜਾਂ ਤੇ ਇੰਨਾ ਛੋਟਾ ਹੋਵੇ ਕਿ ਲੜਾਈ ਜਗੜੇ ਵਾਸਤੇ ਜਗ੍ਹਾ ਨਾ ਲੱਭੇ ਜਾਂ ਇੰਨਾ ਵੱਡਾ ਹੋਵੇ ਕਿ ਲੜਾਈ ਜਗੜੇ ਦਾ ਮੌਕਾ ਹੀ ਨਾ ਲੱਭੇ ਵੀਵੀ ਘਰ ਵਿੱਚ ਨਾ ਰਵੇ ਤੇ ਘਰ ਚਲਾਣਾ ਮੁਸ਼ਕਲ ਹੁੰਦਾ ਹੈ ਤੇ ਅੱਗੇ ਖਾਵੰਦ ਘਰ ਵਿੱਚ ਰਵੇ ਤੇ ਫਿਰ ਵੀ ਘਰ ਚਲਾਣਾ ਮੁਸ਼ਕਲ ਹੁੰਦਾ ਹੈ ਇਹਦੇ باوجود ਅੱਜ ਦੇ ਆਟਮੀ ਦੌਰ ਚ ਘਰ ਦੀ ਬੁਨਿਆਦੀ ਜ਼ਰੂਰਤ ਪੂਰੀ ਕਰਨ ਵਾਸਤੇ ਮਾਰਕੀਟ ਚੋਂ ਇੰਜ ਦੀ ਕੋਈ ਵੀ ਚੀਜ਼ ਨਹੀਂ ਜਿਹੜੀ ਖਾਵਾ ਤੋਂ ਬਿਹਤਰ ਹੋਵੇ ਨਕਲੋਂ ਹਮਲ ਵਾਸਤੇ ਖਾਵਾ ਸਭ ਤੋਂ ਬਿਹਤਰ ਹੈ ਇੱਥੇ ਨਕਲ ਔਰ ਹਮਲ ਸੇ ਮਰਦ ਉਹ ਨਹੀਂ ਜਿਹੜੀ ਤੁਸੀਂ ਸਮਝਦੇ ਪੈਓ ਅਗਰ ਤੁਸੀਂ ਇਹ ਫ੍ਰੀਸ ਬਣਾਉਣਾ ਚਾਹਦੇ ਹੋ ਤੇ ਖਾਵਨ ਨੂੰ ਕੀ ਕੀ ਬੁਰਾ ਲੱਗਦਾ ਤੇ ਇਹ ਫਿਰ ਫ੍ਰੀਸ ਬਣਾ ਲਓ ਜੀ ਬੀਬੀ ਨੇ ਕੀ ਕੀ ਚੰਗਾ ਲੱਗਦਾ ਉਹ ਤੇ ਅਗਰ ਸੁਭਾ ਸ਼ਾਮੇ ਖੁਸ਼ੀ ਖੁਸ਼ੀ ਬੀਬੀ ਦੇ ਸਿਰ ਨਾਅਰ ਸ਼ਹਿਰੋਂ ਨਿਕਲਦੇ ਤੇ ਯਕੀਨ ਕਰ ਲਓ ਨ ਬੀਬੀ ਨਹੀਂ ਇਹ ਡਾਕਟਰ ਆ ਕੇ ਆਉਣਾ ਜਿਹੜੀਆਂ ਗੱਲਾਂ ਤੋਂ ਬੀਵੀ ਰੋਕੇ ਅਗਰ ਖਾਵਨ ਦੇ ਰੁਕ ਜਾਵੇ ਤੇ ਸਮਝ ਲਓ ਉਹ ਬੀਵੀ ਦੀ ਗੱਲ ਨੂੰ ਜ਼ਰਾ ਮਿਹਰ ਨਹੀਂ ਦਿੰਦਾ ਅਗਰ ਮਿਹਰ ਦਿੰਦਾ ਹੁੰਦਾ ਤੇ ਇਹਦੇ ਤੋਂ ਉਲਟ ਕਰਦਾ ਅਗਰ ਬੀਵੀ ਇਹਦੇ ਸਾਹਮਣੇ ਕਿਸੇ ਹੋਰ ਦੀ ਤਾਰੀਫ ਕਰੇ ਹੋਰ ਐਨ ਗੁੱਸਾ ਨਾ ਆਵੇ ਤੇ ਯਕੀਨ ਕਰ ਲੋ ਡੋਰਾ ਹੁਣ ਕੋਈ ਨਹੀਂ ਸੁਣਿੰਦਾ ਅਗਰ ਬੀਵੀ ਦੇ ਆਰਾਮ ਗਾਹ ਵਿੱਚ ਸੋਣਿਆ ਇਹ ਜਗ੍ਹਾ ਤੇ ਖਾਵੰਦ ਆ ਕੇ ਹੁਣ ਜੂਣੇ ਦੇ ਕੇ ਨਾ ਉਠਾਵੇ ਤੇ ਸਮਝ ਲੋ ਬੀਵੀ ਆਪਣੀ ਆਖਰੀ ਆਰਾਮ ਗਾਹ ਚ ਮੀਆਂ ਬੀਵੀ ਦਾ ਕੋਈ ਵੀ ਝਗੜਾ ਹੋਵੇ ਉਹ ਉਦਾਰ ਅਸਲ ਔਰਤ ਤੇ ਮਰਦ ਦੀ ਝਗੜਾ ਹੁੰਦਾ ਹੈ ਕੁਝ ਮਾਮਲੇ ਵਿੱਚ ਖਾਵੰਦ ਬੀਵੀ ਤੋਂ ਜ਼ਿਆਦਾ ਅਕਲਮੰਦ ਹੁੰਦਾ ਹੈ ਔਰ ਬਾਕੀ ਮਾਮਲੇ ਵਿੱਚ ਬੀਵੀ ਖਾਵੰਦ ਤੋਂ ਕਮ ਅਕਲਮੰਦ ਹੁੰਦੀ ਹੈ ਉਹ ਕਾਮ ਜਿਹੜਾ ਖਾਵੰਦ بیوی ਦੇ ਤਾਵਨ ਚੋਂ ਇੱਕ ਦਿਨ ਚ ਖਤਮ ਕਰਦਾ ਅਗਰ ਉਹਦੀ بیوی ਤਾਵਨ ਨਾ ਕਰੇ ਤਾਂ ਅੱਧੇ ਦਿਨ ਵਿੱਚ ਖਤਮ ਕਰ ਸਕਦਾ ਹੈ ਇਸ ਵਾਸਤੇ ਆਸ਼ਕਾਂ ਜਿਹੜੇ ਜਿਹੜੇ ਕੰਮ ਬੁਮਾ ਨਾਲ ਹਾਸਲ ਕਰਨੇ ਵਾਸਤੇ ਕੀਤੇ ਨੇ ਔਰ ਇਹਦੇ ਵਿੱਚੋਂ ਅੱਧੇ ਵੀ ਕੰਮ ਬੂਬਨ ਮਿਲਣੇ ਬਾਅਦ ਨਹੀਂ ਕਰ ਸਕੇ ਇਨਸਾਨ ਖਾਵੰਦ ਬਣਨੇ ਵਾਸਤੇ ਜਿੰਨੀਆਂ ਕੋਸ਼ਿਸ਼ਾਂ ਕਰਦਾ ਹੈ ਨਾ ਇਹਦੇ ਤੋਂ ਅਧੀਆਂ ਖਾਵੰਦ ਰਹਿਣੇ ਵਾਸਤੇ ਕਰਦਾ ਤੇ ਹਾਲਾਤ ਬਿਲਕੁਲ ਮੁਕਲਿਫ ਹੁੰਦੀ ਐਸ ਦੁਨੀਆਂ ਵਿੱਚ ਸਭ ਤੋਂ عظیم ਕੁਰਬਾਨੀਆਂ ਇਨਸਾਨ ਖਾਵੰਦ ਬਣਨੇ ਵਾਸਤੇ ਦਿੱਤੀਆਂ ਨੇ ਜਿਨੀਆਂ ਅਸ਼ਕਾਂ ਜਾਨਾ ਦਿੱਤੀਆਂ ਨੇ ਬਾਦਸ਼ਾਹਾਂ اور ਸਮਰਾਜਾਂ ਨਾਲ ਟਕਰਾ ਲੈ ਲੀਆਂ ਤਾਂ ਜਾਣ ਠੁਕਰਾ ਦਿੱਤਾ ਏ ਦੂਦੀਆਂ ਨਹਿਰਾਂ ਕੱਢ ਛੜੀਆਂ ਸਿਰਫ ਸਰਵਰ اف ਕਾਮਦ ਬਣਨੇ واسطے ਪਰ ਮੇਰਾ دوست حدا ਇਹਦੇ ਤੋਂ ਵੱਡੀ ਕੁਰਬਾਨੀ ਤੇ ਹੋਰ ਦਿੰਦੀ ਏ ਜਿਹੜੀ شادی ਸਿਰਫ ਇਸ واسطے ਕਰਦੀ ਸਾਰੇ ਮਜਦਦਾਂ ਦੀ ਤوجਹ ਦੀ بجائے صرف ਇੱਕ ਮرد ਦੀ بے ਤوجਹੀ ਅਸਰ ਕਰ सके ਕਿਉਂਕਿ ਸ਼ੋਰ بیوی ਤੋਂ ਉਦੋਂ ਹੀ ਤوجਹ ਦਿੰਦਾ ਜਦੋਂ ਇਹਦੇ ਤੇ ਸ਼ੱਕ ਹੋਵੇ वह तो शादी तो पहद मैं तेरी खातिर चंद तारे तोड़ के ले आव बाकी शादी तो बाद सुबह का निकल शामी तारे तोड़ के घर लौटता है बीवी खूबसूरत ना हो अगों पिछण लग है। अगर खूबसूरत होवास वेखन लग पा मैं आखना बीवी हजार ने मतें पर मेरा दोस्त है बीवी एक ही होते ਬੜੀ ਲਿਖੀ ਹੋਵੇ ਦੀ ਤਕਤਾਂਾਂ ਦੀ ਰੋਸ਼ਨੀ ਵਿੱਚ ਕੰਮ ਕਰੇ ਦੀ ਉਹ ਤੇ ਅੰਡਾ ਥਾ ਕਿਤਾਬਾਂ ਦੀ ਰੋਸ਼ਨੀ ਵਿੱਚ ਉਬਾਲੇ ਦੀ ਹਰ بیوی ਰੋਜ਼ ਖਾਮਦ ਨੂੰ ਇਹ ਯਾਦ ਯੇ ਜਿਹੜਾ ਹਜ਼ਰਤ ਆਵਾ ਹਜ਼ਰਤ ਆਦਮ ਨੇ ਆਖਿਆ ਆਈ ਕਿ ਮੇਰੇ ਘਰ ਪੈਣੇ ਵਾਸਤੇ ਕੁਝ ਵੀ ਨਹੀਂ ਮੇਰਾ ਦੋਸਤ ਹੈ ਮੇਰੀ بیوی ਤੇ ਰੁਪਏ ਪੈਸੇ ਨਾਲ ਦੀ ਮੇਲ ਸਮਝੀਏ ਮੈਂ ਆਖਿਆ ਤੇ ਇਹਦੇ ਵਿੱਚ ਕਿਹੜੀ ਪਰੇਸ਼ਾਨੀ ਆਈ ਗੱਲ ਹੈ ਆਦਾ ਪਰੇਸ਼ਾਨੀ ਹੈ ਕਿ ਉਹ ਬੜੀ ਸਫਾਈ ਪਸੰਦ ਹੈ ਬੀਵੀ ਦੀ ਅੱਧੀ ਜ਼ਿੰਦਗੀ ਖਾਵਨ ਨੂੰ ਤਲਾਸ਼ ਅਰ ਬਾਕੀ ਅੱਧੀ ਦੀ ਤਲਾਸ਼ੀ ਵਿੱਚ ਗੁਜ਼ਰ ਜਾਂਦੀ ਹੈ ਕਦੀ ਖਾਵਨ ਦੇ ਕੀਤੇ ਦੀ ਸਜ਼ਾ ਬੀਵੀ ਨੂੰ ਮਿਲਦੀ ਤੇ ਕਦੀ ਖਾਵਨ ਦੇ ਕੀਤੇ ਦੀ ਸਜ਼ਾ ਬੀਵੀ ਮਿਲਦੀ ਹੈ ਬੀਵੀ ਦਿਨ ਵਿੱਚ ਕਮਸ ਕਮ ਇੱਕ ਵਾਰੀ ਜ਼ਰੂਰ ਨਰਾਜ਼ ਹੁੰਦੀ ਹੈ ਤੇ ਖਾਵਨ ਇੱਕ ਵਾਰੀ ਵਿੱਚ ਕਮਸ ਕਮ ਇੱਕ ਦਿਨ ਜ਼ਰੂਰ ਨਰਾਜ਼ ਰਹਿੰਦਾ ਹੈ ਅਗਰ ਬੀਵੀ ਤੁਹਾਡਾ ਖਿਆਲ ਨਹੀਂ ਰੱਖਦੀ ਤੇ ਇਹਦਾ ਇਹ ਮਤਲਬ ਹੈ ਤੁਹਾਡੇ ਉੱਤੇ ਮੁਕੰਮਲ ਇਤਮਾਦ ਭਰੋਸਾ ਕਰਦੀ ਹੈ ਅਗਰ ਤੁਹਾਡਾ ਬੋਤਾਂਖਿਆ ਰੱਖਣ ਲੱਗ ਪਵੇ ਤੇ ਫਿਰ ਸਮਝੋ ਤੁਹਾਨੂੰ ਉਹ ਤੁਹਾਡੇ ਉੱਤੇ ਉਹਨੂੰ ਸ਼ੱਕ ਪੈ ਗਿਆ ਓੰਜ ਵੀ ਅਨਸੀ ਖੁਸ਼ੀ ਕਿ ਦੁਜੇ ਨਾਲ ਰਹਿਣੇ ਵਾਸਤੇ ਜ਼ਰੂਰੀ ਇਹ ਕਿ ਕਦੀ ਕਾਵਨ ਬੀਵੀ ਕੋਲੋਂ ਮਾਫੀ ਮੰਗ ਲਵੇ ਤੇ ਕਦੀ ਬੀਵੀ ਨੂੰ ਚਾਹੀਏ ਕਿ ਕਾਵਨ ਨੂੰ